ਦੇਸ਼ ਦੇ ਵਿੱਚ ਲਗਾਤਾਰ ਵੱਧ ਰਹੀਆਂ ਤੇਲ ਦੀਆਂ ਕੀਮਤਾਂ ਦੇ ਵਿਰੋਧ ਵਿੱਚ 9 ਤਰੀਕ ਨੂੰ ਯੂਥ ਕਾਂਗਰਸ ਦੇ ਪ੍ਰਧਾਨ ਅਮਨਪ੍ਰੀਤ ਸਿੰਘ ਲਾਲੀ ਦੀ ਅਗਵਾਈ ਦੇ ਵਿੱਚ ਹਲਕਾ ਰਾਜਪੁਰਾ ਦੇ ਕਸਬਾ ਬਨੂੜ ਤੋਂ ਲੈ ਕੇ ਰਾਜਪੁਰਾ ਤੱਕ ਸੂਬਾ ਪੱਧਰੀ ਟਰੈਕਟਰ ਰੋਸ ਰੈਲੀ ਕੱਢੀ ਜਾਵੇਗੀ, ਜਿਸ ਵਿੱਚ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਕੇਸ਼ਵ ਯਾਦਵ ਸਮੇਤ ਪੂਰੀ ਟੀਮ ਸ਼ਿਰਕਤ ਕਰੇਗੀ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਮੈਂਬਰ ਨਿਰਭੈ ਸਿੰਘ ਮਿਲਟੀ ਨੇ ਰਾਜਪੁਰਾ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ। ਉਹਨਾਂ ਕਿਹਾ ਹੈ ਕਿ ਅੱਜ ਦੇਸ਼ ਵਿੱਚ ਕੇਂਦਰ ਦੀ NDA ਸਰਕਾਰ ਨੇ ਅਰਾਜਤਾ ਵਾਲਾ ਮਾਹੌਲ ਪੈਦਾ ਕਰ ਦਿੱਤਾ ਹੈ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਏ ਗਏ ਗਲਤ ਫੈਸਲਿਆਂ ਕਾਰਨ ਅੱਜ ਹਰ ਵਰਗ ਬਹੁਤ ਜ਼ਿਆਦਾ ਦੁਖੀ ਹੈ। ਬਹੁਤ ਹੀ ਧੰਨਵਾਦੀ ਹਾਂ ਤੁਹਾਡਾ ਸਾਰੇ ਪ੍ਰੈਸ ਦੇ ਸਾਥੀਆਂ ਦਾ। ਤੁਸੀਂ ਪਿਛਲੇ ਸਮੇਂ 'ਚ ਵੀ ਸਾਨੂੰ ਬਹੁਤ ਸਪੋਰਟ ਕਰਦੇ ਰਹੇ ਹੋ, ਅੱਜ ਵੀ ਛੋਟੇ ਜਿਹੇ ਸੁਨੇਹੇ 'ਤੇ ਤੁਸੀਂ ਸਾਰੇ ਇੱਥੇ ਇਕੱਤਰ ਹੋਏ ਹੋ ਅਤੇ ਅੱਜ ਦਾ ਜਿਹੜਾ ਇਹ ਪ੍ਰੈਸ ਕਾਨਫਰੰਸ ਕਰਨ ਦਾ ਜਿਹੜਾ ਸਭ ਤੋਂ ਮੁੱਖ ਜਿਹੜਾ ਕਾਰਨ ਹੈ, ਸਾਡੇ ਲਈ ਬੜੀ ਮਾਣ ਅਤੇ ਖੁਸ਼ੀ ਵਾਲੀ ਗੱਲ ਹੈ। ਆਲ ਇੰਡੀਆ ਯੂਥ ਕਾਂਗਰਸ ਦੇ ਸਾਡੇ ਨਵੇਂ ਬਣੇ ਪ੍ਰਧਾਨ ਕੇਸ਼ਵ ਯਾਦਵ ਜੀ ਅਤੇ ਨਾਲ ਉਹਨਾਂ ਦੇ ਵਾਈਸ ਪ੍ਰੈਜ਼ੀਡੈਂਟ ਸਾਡੇ ਸ਼੍ਰੀਨਿਵਾਸ ਜੀ, ਰਾਹੁਲ ਗਾਂਧੀ ਜੀ ਦੇ ਬਹੁਤ ਨਜ਼ਦੀਕੀ ਅਤੇ ਸਾਡੇ ਯੂਥ ਕਾਂਗਰਸ ਦੇ ਆਲ ਇੰਡੀਆ ਦੇ ਇੰਚਾਰਜ ਕ੍ਰਿਸ਼ਨਾ ਜੀ, ਉਹ 9 ਤਰੀਕ ਨੂੰ ਸਾਡੇ ਕੋਲ ਰਾਜਪੁਰਾ ਵਿਖੇ ਆ ਰਹੇ ਨੇ। ਔਰ ਜੋ ਮੂਵਮੈਂਟ ਯੂਥ ਕਾਂਗਰਸ ਨੇ ਜੋ ਕਾਲ ਦਿੱਤਾ ਸੀਗਾ ਦਿੱਲੀ ਵਿਖੇ, ਜੋ ਪਿਛਲੇ 30 ਤਰੀਕ ਤੋਂ ਸ਼ੁਰੂ ਕੀਤਾ ਹੈਗਾ, ਮਾਨਯੋਗ ਕੇਸ਼ਵ ਯਾਦਵ ਜੀ ਦੀ ਅਗਵਾਈ ਹੇਠ ਅਸੀਂ ਆਲ ਇੰਡੀਆ ਦੇ ਵਿੱਚ ਮੂਵਮੈਂਟ ਨੂੰ ਲੈ ਕੇ ਜਾ ਰਹੇ ਹਾਂ, ਉਸੇ ਪੜਾਵ ਦੀ ਸ਼ੁਰੂਆਤ ਕਰਨ ਵਾਸਤੇ ਰਾਜਪੁਰਾ ਵਿਖੇ ਉਹ ਆ ਰਹੇ ਨੇ, ਜਿਹਦੇ ਵਿੱਚ ਭਾਰਤ ਬਚਾਓ ਜਨ ਅੰਦੋਲਨ ਜਿਹੜਾ ਸ਼ੁਰੂ ਕੀਤਾ ਹੈਗਾ ਯੂਥ ਕਾਂਗਰਸ ਨੇ। ਮੈਂ ਆਪਣੇ ਵੱਲੋਂ ਸਮੁੱਚੀ ਕਾਂਗਰਸ ਯੂਥ ਕਾਂਗਰਸ ਦੀ ਟੀਮ ਵੱਲੋਂ, ਹਲਕਾ ਰਾਜਪੁਰਾ ਵੱਲੋਂ, ਸਭ ਨੂੰ, ਮੇਰੇ ਜਿਤਨੇ ਵੀ ਸਾਥੀ ਹਨ ਸਮੁੱਚੇ ਪੰਜਾਬ ਦੇ ਵਿੱਚ ਨੌਜਵਾਨ ਸਾਥੀ ਔਰ ਸਮੁੱਚੇ ਲੋਕ ਸਭਾ ਪਟਿਆਲਾ ਦੀ ਜਿਤਨੀ ਵੀ ਸੰਗਤ ਹੈ, ਸਭ ਨੂੰ ਹੱਥ ਬੰਨ ਕੇ ਇਹ ਬੇਨਤੀ ਕਰਨਾ ਚਾਹੁੰਦਾ, ਬਹੁਤ ਹੀ ਵੱਡਾ ਅਤੇ ਇਤਿਹਾਸਕ ਇਹ ਦਿਨ ਹੈ ਜਿਹੜਾ ਸਾਡੇ ਆਲ ਇੰਡੀਆ ਦੇ ਪ੍ਰਧਾਨ ਇੱਥੇ ਆ ਰਹੇ ਨੇ ਯੂਥ ਕਾਂਗਰਸ ਦੇ, ਔਰ ਵਾਰ ਵਾਰ ਐਸਾ ਮੌਕਾ ਨਹੀਂ ਆਉਂਦਾ ਹੈਗਾ। ਮੈਂ ਸਭ ਨੂੰ ਬੇਨਤੀ ਕਰਦਾ ਕਿ ਭਾਰੀ ਗਿਣਤੀ ਦੇ ਵਿੱਚ ਅਗਰ ਆਪ ਟਰੈਕਟਰਾਂ ਨਾਲ ਆਉਣਾ ਚਾਹੁੰਦੇ ਹੋ ਤਾਂ ਸਹੀ 9 ਵਜੇ ਸਾਨੂੰ ਖਿਜਰਗੜ੍ਹ ਜਿਹੜਾ ਟੋਲਡ ਹੈਗਾ ਕਾਨੂੰਨ ਦਾ ਕ੍ਰੋਸ ਕਰਕੇ ਅਤੇ ਉੱਥੇ ਸਾਨੂੰ ਜੁਆਇਨ ਕਰ ਸਕਦੇ ਹੋ, ਅਗਰ ਤੁਸੀਂ ਟਰੈਕਟਰ ਰੈਲੀ ਦੇ ਵਿੱਚ ਟਰੈਕਟਰ ਨਾਲ ਸਹੂਲਤ ਕਰਨਾ ਚਾਹੁੰਦੇ ਹੋ ਅਤੇ ਅਗਰ ਤੁਸੀਂ ਵੈਸੇ ਹੀ ਪ੍ਰਧਾਨ ਸਾਹਿਬ ਦੇ ਬਚਨ ਸੁਣਨਾ ਚਾਹੁੰਦੇ ਹੋ, ਰੂਬਰੂ ਹੋਣਾ ਚਾਹੁੰਦੇ ਹੋ, ਪ੍ਰੋਗਰਾਮ 'ਚ ਸਹੂਲਤ ਕਰਨਾ ਚਾਹੁੰਦੇ ਹੋ ਤਾਂ ਗਗਨ ਚੌਂਕ 10:30 ਵਜੇ ਸਵੇਰੇ ਗਗਨ ਚੌਂਕ ਰਾਜਪੁਰਾ ਵਿਖੇ ਵੱਧ ਤੋਂ ਵੱਧ ਆਪਣੇ ਸਾਥੀਆਂ ਨਾਲ, ਸਾਕ ਸੰਬੰਧੀਆਂ ਨਾਲ, ਨੌਜਵਾਨ ਸਾਥੀਆਂ ਨਾਲ, ਭੈਣਾਂ ਭਰਾਵਾਂ ਨਾਲ ਵੱਡੇ ਸਤਰ ਦੇ ਵਿੱਚ ਪਹੁੰਚ ਕੇ ਇੱਥੇ ਪਹੁੰਚੋ, ਇਸ ਪ੍ਰੋਗਰਾਮ ਨੂੰ ਕਾਮਯਾਬ ਕਰੋ।